ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾ ਨੇ ਅਤੇ ਦੇਸ਼ ਦੇ ਪਹਿਲੇ ਮੁੱਖ ਮੰਤਰੀ ਪਾਰਤ੍ਰਤਨ ਗੋਵਿੰਦ ਵਲਬ ਪੰਥ ਆਜ਼ਾਦੀ ਕੁਲਾਟੀਏ ਪ੍ਰਸਿੱਧ ਲੇਖਕ ਸਚਿਦਾਨੰਦ ਹੀਰਾਨੰਦ ਵਾਤਸੈਨ ਬਾਰੇ ਜਾਣਕਾਰੀ ਦੇ ਰਹੇ ਹਨ ਅੱਜ ਦੀ ਕੜੀ ਵਿੱਚ ਅਸੀਂ ਯਾਦ ਕਰ ਰਹੇ ਹਾਂ ਸਤੰਤਰਤਾ ਸਨਾਨੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਭਾਰਤ ਰਤਨ ਗੋਵਿੰਦ ਵਲਬ ਪੰਥ ਨੂੰ ਉਹਨਾਂ ਦਾ ਦੇਹਾਂਤ 7 ਮਾਰਚ 1961 ਨੂੰ ਹੋਇਆ ਸੀ ਪੰਤ ਦਾ ਜਨਮ 10 ਸਤੰਬਰ 1887 ਵਿੱਚ ਮੌਜੂਦਾ ਉੱਤਰਾਖੰਡ ਵਿੱਚ ਪੈਂਦੇ ਅਲਮੋੜ ਵਿੱਚ ਹੋਇਆ ਪੰਤ ਦੇ ਦਾਦਾ ਬਦਰੀਦਤ ਜੋਸ਼ੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਇਸ ਨਾਲ ਪੰਤ ਦੇ ਸਿਆਸੀ ਵਿਚਾਰਾਂ ਨੂੰ ਦਿਸ਼ਾ ਮਿਲੀ ਸਫਲ ਵਕੀਲ ਦੇ ਤੌਰ ਤੇ ਪ੍ਰਸਿੱਧ ਪੰਤ ਨੂੰ ਕਾਂਗਰਸ ਨੇ 1920 ਦੇ ਦਹਾਕੇ ਦੌਰਾਨ ਕਾਕੋਰੀ ਮਾਮਲੇ ਵਿੱਚ ਸ਼ਾਮਲ ਰਾਮ ਪ੍ਰਸਾਦ ਬਿਸਮਿਲ ਅਸ਼ਫਾਕ ਉੱਲਾ ਖਾਨ ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੌਂਪੀ। ਉਹਨਾਂ ਨੇ 1928 ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ। ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਪੰਤ ਨੂੰ ਡੂੰਘੀਆਂ ਸੱਟਾਂ ਵਜੀਆਂ ਜਿਸ ਤੇ ਚੱਲਦੇ ਆ ਉਹ ਜੀਵਨ ਭਰ ਸਿੱਧੇ ਖੜੇ ਨਹੀਂ ਹੋ ਸਕੇ। ਗਾਂਧੀਜੀ ਤੋਂ ਪ੍ਰੇਰਣਾ ਲੈ ਕੇ ਪੰਤ ਨੇ ਆਪਣੇ ਇਲਾਕੇ ਵਿੱਚ ਨਮਕ ਮਾਰਚ ਕੱਢਿਆ ਜਿਸ ਲਈ 1933 ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਪਰਵੈਂਚੀਅਲ ਕਾਂਗਰਸ ਦੇ ਇਜਲਾਸ ਵਿੱਚ ਸ਼ਾਮਲ ਹੋਣ ਉਪਰੰਤ ਪੰਤ ਨੂੰ 7 ਮਹੀਨਿਆਂ ਦੀ ਜੇਲ੍ਹ ਹੋਈ 1934 ਵਿੱਚ ਪੰਤ ਨੂੰ ਕੇਂਦਰੀ ਵਿਧਾਨ ਸਭਾ ਲਈ ਚੁਣਿਆ ਗਿਆ ਸਿਆਸੀ ਹੁਨਰ ਦੇ ਚੱਲਦਿਆਂ ਪੰਤ ਨੂੰ ਕਾਂਗਰਸ ਦੇ ਆਗੂਆਂ ਦੀ ਹਲਾਸ਼ੇਰੀ ਮਿਲੀ ਅਤੇ ਉਹ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਉਪਨੇਤਾ ਬਣਾ ਦਿੱਤੇ ਗਏ ਸਤਿਆਗ੍ਰਾਹ ਵਿੱਚ ਹਿੱਸਾ ਲੈਣ ਲਈ 1940 ਵਿੱਚ ਪੰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ 1942 ਵਿੱਚ ਪੰਤ ਨੂੰ ਭਾਰਤ ਛੱਡੋ ਅੰਦੋਲਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਕਾਂਗਰਸ ਦੇ ਹੋਰਨਾ ਆਗੂਆਂ ਦੇ ਨਾਲ ਉਹਨਾਂ ਨੂੰ ਅਹਿਮਦਨਗਰ ਕਿਲੇ ਵਿੱਚ 3 ਸਾਲ ਦੀ ਕੈਦ ਹੋਈ। ਖਰਾਬ ਸਿਹਤ ਦੇ ਚਲਦਿਆਂ ਮਾਰਚ 1945 ਵਿੱਚ ਪੰਤ ਨੂੰ ਰਿਹਾ ਕਰ ਦਿੱਤਾ ਗਿਆ। 1937 ਵਿੱਚ ਸੁਬਾਈ ਚੋਣਾਂ 'ਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਾਂਝੇ ਸੂਬੇ ਵਿੱਚ ਬਹੁਮਤ ਮਿਲਿਆ। 17 ਜੁਲਾਈ 1937 ਵਿੱਚ ਪੰਤ ਨੂੰ ਸਾਂਝੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ। ਉਨੀ 40 ਦੀਆਂ ਚੋਣਾਂ ਵਿੱਚ ਸਾਂਝੇ ਸੂਬੇ ਵਿੱਚ ਇੱਕ ਵਾਰ ਫੇਰ ਬਹੁਮਤ ਮਿਲਣ ਤੇ ਪੰਤ ਨੂੰ ਮੁੜ ਮੁੱਖ ਮੰਤਰੀ ਬਣਾਇਆ ਗਿਆ। ਉਹ 1947 ਵਿੱਚ ਆਜ਼ਾਦੀ ਤੋਂ ਬਾਅਦ ਵੀ ਇਸੇ ਅਹੁਦੇ ਤੇ ਰਹੇ। ਜਵਾਰ ਲਾਲ ਲੈਰੂ ਨੇ 10 ਜਨਵਰੀ 1955 ਨੂੰ ਪੰਤ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਗ੍ਰਹਿ ਮੰਤਰੀ ਬਣਾਇਆ। ਗ੍ਰਹਿ ਮੰਤਰੀ ਦੇ ਤੌਰ ਤੇ ਭਾਸ਼ਾ ਦੇ ਆਧਾਰ ਤੇ ਸੂਬਿਆਂ ਨੂੰ ਮੁੜ ਗਠਿਤ ਕਰਨਾ ਪੰਤ ਦੀ ਮੁੱਖ ਉਪਲਬਧੀ ਸੀ। 1957 ਵਿੱਚ ਪੰਤ ਨੂੰ ਦੇਸ਼ ਦਾ ਸਰਬ ਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ। ਮਹਾਨ ਸੁਤੰਤਰਤਾ ਸਨਾਨੀ ਨੂੰ ਨਮਨ। ਅੱਜ ਅਸੀਂ ਆਜ਼ਾਦੀ ਕੁਲਾਟੀ ਅਤੇ ਪ੍ਰਸਿੱਧ ਲੇਖਕ ਸੁਚੇਦਾਨੰਦ ਹੀਰਾਨੰਦ ਵਾਦਸਾਈਨ ਨੂੰ ਵੀ ਯਾਦ ਕਰ ਰਹੇ ਹਾਂ। ਅਗੇ ਦੇ ਨਾਲ-ਨਾਲ ਪ੍ਰਸਿੱਧ ਸੁਚੇਦਾਨੰਦ ਦਾ ਜਨਮ 7 ਮਾਰਚ 1911 ਨੂੰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਹੋਇਆ ਸੀ। ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਦੇ ਹਾਂ ਸੁਚੇਦਾਨੰਦ ਆਜ਼ਾਦੀ ਦੇ ਅੰਦੋਲਨ ਤੋਂ ਪ੍ਰੇਰਿਤ ਹੋਏ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਕ੍ਰਾਂਤੀਕਾਰੀ ਸਰਗਰਮੀਆਂ ਵਿੱਚ ਹਿੱਸਾ ਲਿਆ। ਨਵੰਬਰ 1930 ਵਿੱਚ ਭਗਤ ਸਿੰਘ ਨੂੰ ਜੇਲ੍ਹ ਤੋਂ ਕੱਢਣ ਦੀ ਯਤਨਾਂ ਵਿੱਚ ਸਹਾਇਤਾ ਕਰਨ ਲਈ ਸੁਚੇਦਾਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ ਵਿੱਚ ਬਰਤਾਨਵੀ ਸ਼ਾਸਨ ਖਿਲਾਫ ਰਾਜ ਧਰੋਹ ਦੇ ਦੋਸ਼ਾਂ ਤਹਿਤ ਉਹਨਾਂ ਨੂੰ 4 ਸਾਲ ਦੀ ਕੈਦ ਹੋਈ। ਅਗੇ ਪ੍ਰਗਤੀਸ਼ੀਲ ਲੇਖਕਾਂ ਸੰਗ ਨਾਲ ਜੁੜ ਗਏ ਅਤੇ 1942 ਵਿੱਚ 올 ਇੰਡੀਆ ਐਂਟੀ ਫਾਸ਼ਿਸਟ ਕਨਵੈਨਸ਼ਨ ਕਰਵਾਈ ਗਈ। ਉਹਨਾਂ ਨੇ ਹੋਰ ਨਾਲ ਲੇਖਕਾਂ ਦੇ ਸਾਹਿਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਅਗੇ ਨੇ ਆਪਣੀਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਵੀ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਕੇ ਪ੍ਰੈਜ਼ੈਂਟ ਡੇ ਐਂਡ ਅਦਰ ਪੋਇਮਸ ਦੇ ਨਾਂ ਨਾਲ ਪ੍ਰਕਾਸ਼ਿਤ ਕਰਵਾਇਆ। 4 ਅਪ੍ਰੈਲ 1987 ਨੂੰ ਜੀਤਾਂਨੰਦ ਦਾ ਦੇਹਾਂਤ ਹੋ ਗਿਆ। ਮਹਾਨ ਭਾਰਤੀ ਨੂੰ ਸ਼ਰਧਾਂਜਲੀ